ਆਹ ਵੇਖੋ ਹੈਗਾ ਤੇ ਆ ਸਾਰੇ ਆ ਸਾਰਾ ਖੰਡਰ ਹੀ ਆ। ਮੈਂ ਇੱਥੇ ਅੰਦਰ ਵੜ ਕੇ ਵੇਖਿਆ ਸਭ ਖਟਾਰਾ ਹੀ ਖਟਾਰਾ, ਇੱਥੇ ਸਭ ਗੰਦ ਪਿਆ ਹੋਇਆ। ਪਰ ਇੱਕ ਚੀਜ਼ ਤੁਹਾਨੂੰ ਹੁਣੇ ਵਿਖਾਵਾਂਗਾ ਮੈਂ, ਉਹ ਬਾ ਕਮਾਲ ਹੈ। ਬੇਸ਼ੱਕ ਇਹ ਸਾਰੇ ਦਾ ਸਾਰਾ ਖੰਡਰ ਹੈ, ਪਰ ਜਦੋਂ ਬਾਹਰ ਨਿਕਲ ਕੇ ਵੇਖਦੇ ਹਾਂ ਨਾ ਆਪਾਂ, ਤਾਂ ਇੱਥੇ ਬਾ ਕਮਾਲ ਹੈ। ਆਹ ਦੇਖੋ ਆਹ ਪੂਰੀ ਬਿਲਡਿੰਗ ਹੈ, ਅਤੇ ਇੱਧਰ ਬਾਹਰ ਜਦੋਂ ਨਿਕਲ ਕੇ ਵੇਖਦੇ ਹਾਂ ਤਾਂ ਨਜ਼ਾਰਾ ਜਿਹੜਾ ਹੈ ਨਾ ਉਹ ਬਾ ਕਮਾਲ ਹੈ, ਅਤੇ ਉਹ ਵੇਖਣ ਵਾਲਾ ਹੈ। ਇਹ ਤਾਂ ਇੱਥੇ ਗ੍ਰੀਨਰੀ ਨਜ਼ਰ ਆ ਰਹੀ ਹੈ ਨਾ, ਅਤੇ ਤੁਹਾਨੂੰ ਮੈਂ ਦੂਜੇ ਪਾਸੇ ਲੈ ਕੇ ਚੱਲਦਾ। ਦੂਜੇ ਪਾਸੇ ਦਾ ਨਜ਼ਾਰਾ ਜਿਹੜਾ ਹੈ ਉਹ ਹੋਰ ਵੀ ਵਧੀਆ। ਇੱਕ ਖੰਡਰ ਫਲੈਟ ਦੇ ਵਿੱਚ ਬੰਦਾ ਵੜਨਾ ਨਹੀਂ ਚਾਹੁੰਦਾ, ਪਰ ਮੈਂ ਵੜਿਆ, ਅਤੇ ਵੜਨ ਤੋਂ ਬਾਅਦ ਮੈਨੂੰ ਬੜਾ ਸੋਹਣਾ ਨਜ਼ਾਰਾ ਜਿਹੜਾ ਹੈ ਨਾ ਉਹ ਵੇਖਣ ਵਾਸਤੇ ਇੱਥੇ ਮਿਲ ਗਿਆ। ਆਹ ਦੇਖੋ ਹੈ ਨਾ ਬੜਾ ਸੋਹਣਾ ਨਜ਼ਾਰਾ, ਹਰ ਪਾਸੇ ਗ੍ਰੀਨਰੀ ਹੀ ਗ੍ਰੀਨਰੀ ਹੈਗੀ ਹੈ। ਇੱਥੇ ਮਕਾਨ ਜਿਹੜੇ ਨੇ ਉਹ ਬਣਦੇ ਪਏ ਨੇ ਹਾਲੇ, ਅਤੇ ਜਿਹੜੇ ਇਸ ਫਲੈਟ ਦੇ ਵਿੱਚ ਮੈਂ ਬਣਿਆ ਹੋਇਆ ਇਹ ਫਲੈਟ ਬਣਿਆ ਹੀ ਨਹੀਂ ਹੈ ਹਾਲੇ, ਇਹ ਸਭ ਖੰਡਰ ਹੀ ਖੰਡਰ ਹੈ। ਇੱਥੇ ਇੰਝ ਕਹਿ ਲਓ ਕਿ ਭੂਤ ਬੰਗਲਾ ਹੀ ਹੈ ਹਜੇ। ਵੈਸੇ ਗੁਰਬਾਣੀ ਭੂਤਾਂ ਨੂੰ ਮੰਨਦੀ ਨਹੀਂ, ਪਰ ਜਿਵੇਂ ਕਿਹਾ ਜਾਂਦਾ ਕਿ ਭੂਤ ਬੰਗਲਾ ਉਸੇ ਤਰ੍ਹਾਂ ਦਾ ਹੀ ਹੈ। ਅਤੇ ਆਹ ਦੇਖੋ ਜਰਾ ਕਿੱਡਾ ਸੋਹਣਾ ਨਜ਼ਾਰਾ ਇੱਥੇ ਦਾ। ਗੁਰਬਾਣੀ ਜਿਹੜੀ ਹੈ ਨਾ ਉਹ ਤਾਂ ਸਾਨੂੰ ਇਹ ਸਮਝਾਉਂਦੀ ਹੈ ਕਿ ਬੰਦਾ ਜਿਹੜਾ ਹੈ ਨਾ ਉਹ ਆਪ ਹੀ ਭੂਤ ਹੈ, ਜੇ ਉਸ ਬੰਦੇ ਦੇ ਪੱਲੇ ਸੱਚ ਨਹੀਂ ਹੈਗਾ। ਜਿਸ ਬੰਦੇ ਦੇ ਪੱਲੇ ਸੱਚ ਹੈਗਾ ਏ, ਸੱਚ ਦੀ ਵਿਚਾਰ ਹੈਗੀ ਹੈ, ਉਹ ਬੰਦਾ ਕਦੀ ਭੂਤ ਨਹੀਂ ਹੁੰਦਾ। ਗੁਰਬਾਣੀ ਦਾ ਵਾਕ ਹੈ ਨਾ, ਕੱਲ ਮਹਿ ਪ੍ਰੇਤ ਜਿਨੀ ਰਾਮ ਨਾ ਪਛਾਤਾ। ਜਿਨ੍ਹਾਂ ਦੇ ਪੱਲੇ ਸੱਚ ਨਹੀਂ ਹੈਗਾ, ਜਿਹਨੇ ਰਾਮ ਨੂੰ ਪਛਾਣਿਆ ਨਹੀਂ ਹੈ, ਭਾਵ ਜਿਹਨੇ ਚੰਗੇ ਗੁਣਾਂ ਨੂੰ ਪਛਾਣਿਆ ਨਹੀਂ ਹੈ, ਜਿਹਨੇ ਸੱਚ ਦੀ ਵਿਚਾਰ ਦੇ ਨਾਲ ਸਾਂਝ ਨਹੀਂ ਪਾਈ, ਗੁਰਬਾਣੀ ਨੇ ਉਹਨੂੰ ਭੂਤ ਆਖਿਆ। ਹਾਂ, ਲੋਕ ਜਿਹੜੇ ਨੇ ਉਹ TV ਸੀਰੀਅਲ ਵੇਖ ਕੇ, ਫਿਲਮਾਂ ਵੇਖ ਕੇ ਬਥੇਰੀਆਂ ਭੂਤਾਂ ਦੀਆਂ ਗੱਲਾਂ ਕਰਦੇ ਨੇ ਕਿ ਫਲਾਣੀ ਜਗ੍ਹਾ ਦੇ ਉੱਤੇ ਅਸੀਂ ਭੂਤ ਵੇਖਿਆ, ਫਲਾਣੇ ਨੂੰ ਭੂਤ ਨੇ ਡਰਾ ਦਿੱਤਾ, ਜਾਂ ਫਲਾਣੀ ਜਗ੍ਹਾ ਦੇ ਉੱਤੇ ਭੂਤ ਰਹਿੰਦੇ ਨੇ, ਪਰ ਇਸ ਤਰ੍ਹਾਂ ਦੀ ਗੱਲ ਜਿਹੜੀ ਹੈ ਨਾ ਉਹ ਕਿਤੇ ਵੀ ਨਹੀਂ ਹੁੰਦੀ। ਉਹ ਲੋਕਾਂ ਦਾ ਵਹਿਮ ਹੋ ਸਕਦਾ ਹੈ, ਉਹਨਾਂ ਦਾ ਆਪਣਾ ਇੱਕ ਐਕਸਪੀਰੀਅੰਸ ਹੋ ਸਕਦਾ ਹੈ, ਪਰ ਜਦੋਂ ਗੁਰਮਤ ਨੂੰ ਤੁਸੀਂ ਪੜ੍ਹਦੇ ਹੋ, ਗੁਰਬਾਣੀ ਨੂੰ ਤੁਸੀਂ ਪੜ੍ਹਦੇ ਹੋ, ਤਾਂ ਗੁਰਬਾਣੀ ਦੇ ਵਿੱਚ ਤਾਂ ਇਹੀ ਗੱਲ ਜਿਹੜੀ ਹੈ ਨਾ ਉਹ ਕਲੀਅਰ ਕੀਤੀ ਗਈ ਹੈ ਕਿ ਬੰਦਿਆ ਤੂੰ ਭੂਤ ਹੈ। ਜਦੋਂ ਤੇਰਾ ਨਾਤਾ ਸੱਚ ਦੇ ਨਾਲ ਟੁੱਟ ਜਾਂਦਾ ਹੈ ਨਾ, ਤਾਂ ਤੂੰ ਭੂਤ ਹੈ। ਹੁਣ ਇਸ ਤਰ੍ਹਾਂ ਦੇ ਜਿਹੜੇ ਘਰ ਨੇ, ਆਮ ਬੰਦਾ ਜਦੋਂ ਇਹਨਾਂ ਨੂੰ ਵੇਖਦਾ ਹੈ ਅਤੇ ਖੰਡਰ ਜਿਹਾ ਵੇਖੇਗਾ, ਰਾਤ ਦਾ ਸਮਾਂ ਹੋਵੇ ਅਤੇ ਬੰਦਾ ਇੱਥੇ ਆ ਜਾਵੇ, ਤਾਂ ਬੰਦਾ ਅੰਦਰ ਵੜਨਾ ਵੀ ਨਹੀਂ ਚਾਹੇਗਾ, ਠੀਕ ਹੈ ਨਾ। ਬੰਦਾ ਡਰੇਗਾ, ਬੰਦਾ ਘਬਰਾਏਗਾ, ਪਰ ਜਦੋਂ ਤੁਹਾਨੂੰ ਗੁਰਮਤਿ ਸਮਝ ਆ ਜਾਵੇ, ਜਦੋਂ ਤੁਹਾਨੂੰ ਗੁਰਮਤਿ ਦੀ ਵਿਚਾਰ ਸਮਝ ਆ ਜਾਵੇ, ਫਿਰ ਬੰਦਾ ਡਰਦਾ ਨਹੀਂ ਹੈ। ਫਿਰ ਕਾਹਦਾ ਭੂਤਾਂ ਤੋਂ ਡਰ, ਕਾਹਦਾ ਆਤਮਾਵਾਂ ਤੋਂ ਡਰ। ਫਿਰ ਬੰਦਾ ਇੱਕ ਕੰਮ ਕਰੇਗਾ ਸਿੱਧਾ ਸਾਦਾ ਜਿਹਾ, ਉਹ ਇਹ ਕਰੇਗਾ ਕਿ ਰਾਤ ਨੂੰ ਭਾਵੇਂ 12 ਵਜੇ ਹੋਣ, 1 ਵਜੇ ਹੋਣ, ਉਹ ਸ਼ਮਸ਼ਾਨ ਘਾਟ ਦੇ ਵਿੱਚ ਵੀ ਜਾਣ ਵਾਸਤੇ ਨਾ ਤਿਆਰ ਹੋ ਜਾਵੇਗਾ, ਕਿਉਂਕਿ ਉਹਨੂੰ ਪਤਾ ਲੱਗ ਜਾਣਾ ਕਿ ਇਹ ਭੂਤਾਂ ਵਾਲੀਆਂ ਗੱਲਾਂ, ਆਤਮਾਵਾਂ ਵਾਲੀਆਂ ਜਿਹੜੀਆਂ ਗੱਲਾਂ ਨੇ ਉਹ ਸਾਰੀਆਂ ਦੀਆਂ ਸਾਰੀਆਂ ਬਕਵਾਸ ਨੇ। ਅਤੇ ਉਹ ਕਹੇਗਾ ਭਾਈ ਮੈਨੂੰ ਭਾਵੇਂ ਤੁਸੀਂ ਛੱਡਿਓ, ਜਿੱਥੇ ਮਰਜ਼ੀ ਛੱਡਿਓ, ਠੀਕ ਹੈ ਨਾ, ਮੈਨੂੰ ਭਾਵੇਂ ਕਿਸੇ ਤੁਸੀਂ ਕਬਰਸਤਾਨ ਵਿੱਚ ਛੱਡਿਓ, ਮੈਨੂੰ ਭਾਵੇਂ ਤੁਸੀਂ ਕਿਸੇ ਸ਼ਮਸ਼ਾਨ ਘਾਟ ਛੱਡਿਓ, ਮੈਨੂੰ ਫਰਕ ਹੀ ਕੋਈ ਨਹੀਂ ਪੈਂਦਾ। ਸੋ ਜਦੋਂ ਗੁਰਮਤਿ ਨੂੰ ਸਮਝ ਜਾਂਦੇ ਹਾਂ ਨਾ, ਫਿਰ ਜ਼ਿੰਦਗੀ ਦੇ ਵਿੱਚ ਕ੍ਰਾਂਤੀ ਜਿਹੜੀ ਹੈ ਉਹ ਆਉਣੀ ਸ਼ੁਰੂ ਹੁੰਦੀ ਹੈ। ਅਤੇ ਬਾਕੀ ਕਿਵੇਂ ਦਾ ਲੱਗਾ ਤੁਹਾਨੂੰ ਥੱਲੇ ਕਮੈਂਟ ਕਰਕੇ ਦੱਸਿਓ ਜਰਾ।
ਇੱਥੋਂ ਦੀ ਨਾ ਇੱਕ ਚੀਜ਼ ਬੜੇ ਸੋਹਣੇ ਤਰੀਕੇ ਨਾਲ ਨਜ਼ਰ ਆਉਣੀ ਹੈ, ਪੁੱਛੋ ਕੀ? ਉਹ ਹੈ ਸਵਿਮਿੰਗ ਪੂਲ। ਪਹਿਲਾਂ ਮੈਂ ਵਿਖਾਇਆ ਸੀ ਨਾ, ਇੰਨੇ ਸੋਹਣੇ ਤਰੀਕੇ ਨਾਲ ਨਜ਼ਰ ਨਹੀਂ ਸੀ ਆ ਰਿਹਾ, ਪਰ ਇੱਥੋਂ ਦੀ ਬੜੇ ਵਧੀਆ ਤਰੀਕੇ ਨਾਲ ਨਜ਼ਰ ਆਵੇਗਾ। ਉਹ ਵੇਖੋ, ਪੂਰੇ ਦਾ ਪੂਰਾ ਕਲੱਬ ਜਿਹੜਾ ਹੈ ਨਾ, ਉਹ ਬੜੇ ਸੋਹਣੇ ਤਰੀਕੇ ਨਾਲ ਨਜ਼ਰ ਆ ਰਿਹਾ ਇੱਥੋਂ ਦੀ। ਦੂਜੇ ਪਾਸੇ ਚੱਲਦੇ ਹਾਂ ਆਪਾਂ, ਉੱਧਰ ਵੇਖਦੇ ਹਾਂ ਕੀ ਹੈਗਾ। ਲਓ ਜੀ, ਇੱਧਰੋਂ ਵੀ ਵੇਖ ਲਓ, ਇੱਧਰ ਹੈਗੀ ਪਾਣੀ ਵਾਲੀ ਟੈਂਕੀ ਅਤੇ ਬਾਕੀ ਖੇਤ ਹੀ ਖੇਤ ਨੇ। ਅਤੇ ਆਹ ਸਾਹਮਣੇ ਲੱਗਦਾ ਕੋਠੀ ਕਾਠੀ ਬਣੂਗੀ ਇੱਥੇ, ਅਜੇ ਬਸ ਚਾਰ ਦੀਵਾਰੀ ਕੀਤੀ ਹੋਈ ਹੈ, ਬਣਿਆ ਕੁਛ ਨਹੀਂ ਇੱਥੇ। ਇੱਕ ਹੋਰ ਸੋ ਕਾਲਡ ਭੂਤ ਬੰਗਲਾ, ਪਰ ਇਹਦੇ ਵਿੱਚ ਮੈਂ ਆਇਆ ਪਤਾ ਕਿਉਂ ਆ? ਗ੍ਰੀਨਰੀ ਤਾਂ ਤੁਹਾਨੂੰ ਮੈਂ ਬਹੁਤ ਵਿਖਾਤੀ, ਪਰ ਦੂਜੇ ਪਾਸੇ ਦਾ ਵਿਊ ਵਿਖਾਇਆ ਨਹੀਂ। ਮੈਂ ਕਿਹਾ ਚਲੋ ਉਹ ਵੀ ਤੁਹਾਨੂੰ ਵਿਖਾਇਆ ਜਾਵੇ। ਆਹ ਹੈ ਜੀ ਸਾਰੀ ਸਾਰੀ ਬਿਲਡਿੰਗ, ਇਹ ਹੈ ਕਲੱਬ। ਚੱਲੀਏ ਹੁਣ ਆਪਾਂ।